ਵੱਡ ਦੇ ਜੀ ਇੱਕ ਤਾਂ ਗਲੀ ਦੀ ਆ ਸਾਨੂੰ ਆ ਸਮੱਸਿਆ ਗਲੀ ਚ ਪਾਣੀ ਬਹੁਤ ਖੜਦਾ ਇੱਕ ਗੰਦਾ ਪਾਣੀ ਆਉਂਦਾ ਕੀ ਪਤਾ ਜੀ ਕਦ ਸੀਵਰ ਦਾ ਹੁੰਦਾ ਜੀ ਜਿਵੇਂ ਸੀਵਰ ਭਰ ਜਾਂਦੇ ਛੇਤੀ ਸੀਵਰ ਨਹੀਂ ਨਿਕਲਦੇ ਕਿਧਰੋਂ ਤੇ ਇੱਕ ਗਲੀ ਦੀ ਸਾਡੀ ਸਫਾਈ ਨਹੀਂ ਹੁੰਦੀ ਗੀ ਜਦੋਂ 15-16 ਦਿਨਾਂ ਬਾਅਦ ਝਾੜੂ ਝੂੜੂ ਮਾਰਨ ਹੁੰਦੇ ਆ ਤੇ ਕੂੜਾ ਬੜਾ ਚੱਕਣ ਹੁੰਦੇ ਜਿਵੇਂ ਡੇਲੀ ਲੱਗੀ ਉਵੇਂ ਨਹੀਂ ਹੁੰਦੇ ਨਹੀਂ ਹੁੰਦੇ ਅਸੀਂ ਤਾਂ ਬਸ ਜੀ ਇਹੀ ਮੰਗ ਆ ਸਾਡੇ ਸਫਾਈ ਹੋਣੀ ਚਾਹੀਦੀ ਮਹੱਲੇ 'ਚ ਖੇਤੀਬਾੜੀ 'ਚ ਸਮੱਸਿਆ ਤਾਂ ਬਹੁਤ ਆ ਜੀ ਕਹਿੰਦੇ ਦੇ ਸੀਵਰੇਜ ਦਾ ਪਾਣੀ ਪਹਿਲਾਂ ਤੋਂ ਸ਼ੁਰੂ ਤੋਂ ਗੰਦਾ ਆ ਰਿਹਾ ਹੁਣ ਵੀ ਆ ਸੀਵਰੇਜ ਦਾ ਵੇਖ ਲਓ ਭਰੇ ਪਏ ਆ ਸੜਕਾਂ ਦੇ ਹੁਣ ਜੇ ਵੀ ਕੱਢੀ ਜਾਂਦੇ ਆ ਪਾਣੀ ਬਹੁਤ ਸਮੱਸਿਆ ਗਲੀਆਂ ਨਾਲੀਆਂ ਦੀ ਸਮੱਸਿਆ ਸੜਕ ਬਹੁਤ ਟੁੱਟੀ ਪਈ ਆ ਅੱਜ ਸਰ ਇੱਕ ਬੰਦਾ ਦਾਅਵੇ ਕਰੀ ਜਾਂਦਾ ਵੀ ਕਹਿੰਦੇ ਇਹ ਕੰਮ ਕਰਾਂਗੇ ਤੁਹਾਨੂੰ ਵੋਟਾਂ ਪਾਓ ਜੀ ਸਾਨੂੰ ਪਰ ਸਾਨੂੰ ਵਿਸ਼ਵਾਸ ਕੋਈ ਨਹੀਂ ਕਿਸੇ 'ਤੇ ਵੀ ਇਸ ਕਰਕੇ ਵੀ ਬਹੁਤ ਕਹਿੰਦੇ ਸਾਨੂੰ ਸਮੱਸਿਆ ਹੀ ਸਮੱਸਿਆ ਇੱਧਰ ਪਾਣੀ ਦੀ ਪੀਣ ਵਾਲੇ ਦੀ ਨਾ ਜੀ ਕੋਈ ਪੂਰਾ ਕੰਮ ਨਹੀਂ ਹੋਇਆ ਜੀ ਲਾਈਟਾਂ ਹੁਣ ਵੀ ਲੱਗ ਕਹਿੰਦੇ ਆ ਬਹੁਤ ਕਹਿੰਦੇ ਹਨੇਰਾ ਰਹਿੰਦਾ ਸੀਗਾ ਰੋਡ 'ਤੇ ਕੋਈ ਐਡਾ ਵਧੀਆ ਕੰਮ ਨਹੀਂ ਹੋਇਆ ਨਾ ਜੀ ਕੋਈ ਵਿਕਾਸ ਨਹੀਂ ਗਾ ਕੋਈ ਐਡਾ ਨਹੀਂ ਗਾ ਕੋਈ ਦਾਅਵੇ ਜ਼ਰੂਰ ਮੈਂ MLA ਕਰੀ ਜਾਵੇ ਅੱਜ ਵੀ ਸੜਕ ਟੁੱਟੀ ਆ ਵੇਖ ਲਓ ਤੁਸੀਂ ਵਿਚਾਲੇ ਰੋਡ ਦੇ ਸੜਕਾਂ ਟੁੱਟੀਆਂ ਬਹੁਤ ਨਿਕਲੀਆਂ ਨਾਲੀਆਂ ਬੁਰਾ ਹਾਲ ਕੋਈ ਐਡੀ ਸਫਾਈ ਨਹੀਂ ਗਈ ਕਿਹਨਾਂ ਦੇ ਕੋਈ ਨਹੀਂ ਜੀ ਇਹ ਤਾਂ ਬਾਅਦ 'ਚ ਪਤਾ ਲੱਗੂਗਾ ਜੀ ਕਰਦੇ ਕਿ ਨਹੀਂ ਕਰਦੇ ਇਹ ਤਾਂ ਹੁਣ ਵੋਟਾਂ ਨੂੰ ਤਾਂ ਹਰੇਕ ਆਈ ਜਾਂਦਾ ਇਹ ਤਾਂ ਵੋਟਾਂ ਮੰਗਣ ਨੂੰ ਹਰੇਕ ਹੋ ਜਾਂਦਾ ਬਸ ਹੋਰ ਕੋਈ ਨਹੀਂ ਐਡਾ ਗੁਰਮੀਤ ਸਿੰਘ ਜੀ 29 ਵਾਰਡ ਦੇ ਜੀ ਬਹੁਤ ਜ਼ਿਆਦਾ ਸਮੱਸਿਆ ਜੀ ਸਮੱਸਿਆ ਜੀ ਇਹਦੇ ਵਿੱਚ ਪਹਿਲੇ ਸਮੱਸਿਆ ਤਾਂ ਇਹ ਆ ਜੀ ਸਾਰੇ ਇਹਦੇ 'ਚ ਗੰਦ ਇੰਨਾ ਕੁ ਜ਼ਿਆਦਾ ਬਹੁਤ ਜ਼ਿਆਦਾ ਆ ਇੱਕ ਪਿਛਲੇ ਵਾਰੀ ਕਾਲੇ ਪੀਲੀਏ ਦੇ ਇੰਨੇ ਮਰੀਜ਼ ਸੀ ਕਿਸੇ ਨੇ ਅੱਜ ਤੱਕ ਇੱਥੇ ਆ ਕੇ ਕੋਈ ਕੰਮ ਨਹੀਂ ਕੀਤਾ ਜਦੋਂ ਦੇ ਬਣੇ ਹੋਏ ਆ ਇਹ ਫਿਰ ਇੰਨੀ ਦੁਨੀਆ ਦੀ ਕੰਪਲੇਂਟ ਆ ਜੇ ਕਿਸੇ ਨੇ ਥਾਣੇ ਕਚਹਿਰੀ ਜਾਣਾ ਜਿੱਥੇ 2000 ਲੱਗਣਾ ਉੱਥੇ MC ਨੂੰ ਨਾਲ ਲੈ ਜਾਓ 4000 ਲੱਗੂਗਾ ਜੀ ਉੱਥੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਂਦੇ ਜਾ ਕੇ ਵੀ ਜਿੰਨੇ ਅਸੀਂ ਪੈਸੇ ਦਵਾਵਾਂਗੇ ਅੱਧੇ ਤੁਹਾਡੇ ਦੇ ਅੱਧੇ ਸਾਡੇ ਕਿਸੇ ਦਾ ਕੰਮ ਕੋਈ ਵੀ ਕਰਾਉਣਾ ਹਾਂਜੀ ਸਾਨੂੰ ਪਹਿਲਾਂ ਵਿਸ਼ਵਾਸ ਕੀ ਦਵਾਉਣਗੇ ਵੀ ਕੀ ਕਰਨਾ ਅੱਜ ਕੋਈ ਕੰਮ ਕਹਿ ਦਿਓ ਕਹਿਣਗੇ ਜਦੋਂ ਵੋਟਾਂ ਪਹਿਲਾਂ ਪਾਓ ਫਿਰ ਉਸ ਤੋਂ ਬਾਅਦ ਕਰਾਂਗੇ ਬਾਅਦ 'ਚ ਜਿੱਦਣ ਵੋਟਾਂ ਪੈ ਗਈਆਂ ਜਿੱਤ ਗਏ ਉਸ ਤੋਂ ਬਾਅਦ ਦੇ ਵਿੱਚ ਆ ਕੇ ਵੜਦੇ ਤਿਕਰ ਵੀ ਨਹੀਂ ਇਹ ਬਲਵੀਰ ਸਿੰਘ ਆ ਜੀ ਅਸੀਂ ਇਸੇ ਵਾਰਡ ਤੋਂ ਹੀ ਕੱਤੇ ਹੁੰਦੇ ਦੇਖੋ ਜੀ ਵਾਰਡ ਤਾਂ ਕਿਸੇ ਦੀਆਂ ਵੀ ਸਮੱਸਿਆ ਹੀ ਆ ਸਮੱਸਿਆ ਸਾਰੇ ਵਾਰਡਾਂ ਦੀ ਤਕਰੀਬਨ ਤਾਂ ਜੇ ਲਾ ਕੇ ਚੱਲੀਏ ਤਾਂ ਇੱਥੇ ਤਾਂ ਅੱਗੇ ਵੀ ਮਤਲਬ ਕਿ ਇਸ ਚੈਨਲ ਤੋਂ ਖਬਰ ਲੱਗੀ ਸੀ ਅੱਗੇ ਵੀ ਪਾਣੀ ਪੂਣੀ ਬਹੁਤ ਪਾਣੀ ਦੀ ਸਮੱਸਿਆ ਸੀਗੀ ਕੋਈ ਹੱਲ ਨਹੀਂ ਕਰਦਾ ਜੀ ਜੇ ਕਾਲੀ MC ਕੋਲ ਜਾਂਦੇ ਹਾਂ ਤਾਂ ਉਹ ਪਤਾ ਕੀ ਕਹਿੰਦੇ ਉੱਤੇ ਹੀ ਉੱਤੇ ਮੋਦੀ ਬੈਠਾ ਜੀ ਹੁਣ ਮੋਦੀ ਨਾ ਕਿਸੇ ਨੂੰ ਕੁਛ ਕਰਨ ਦਾ ਨਾ ਆਪ ਕੁਛ ਕਰਦਾ ਜੀ ਜੇ ਸਰਕਾਰ ਥੱਲੇ ਉੱਤੇ ਚੰਗੀ ਹੋਊਗੀ ਥੱਲੇ ਤੰਗੇ ਹੋਣਗੇ MC ਚੰਗੇ ਹੋਣ ਮੰਤਰੀ ਚੰਗੇ ਹੋਣ ਤਾਂ ਵੇਖੋ ਜੀ ਵਿਕਾਸ ਹੋਣਾ ਨਹੀਂ ਤਾਂ ਬਿਲਕੁਲ ਨਹੀਂ ਹੋਣਾ ਗਾ ਬਹੁਤ ਬਿਮਾਰੀਆਂ ਨਾਲ ਲੋਕਾਂ ਦਾ ਬੁਰੇ ਹਾਲਤਾਂ ਹੋਈਆਂ ਬਹੁਤ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਆ ਲੋਕਡਾਊਨ ਦੇ ਵਿੱਚ ਕਿਸੇ ਨੇ ਨਹੀਂ ਆ ਕੇ ਪੁੱਛਿਆ ਜੀ ਸਰਕਾਰ ਨੇ ਫਲਾਨਾ ਰਾਸ਼ਨ ਭੇਜਿਆ ਜੀ ਇਹ ਭੋਜਿਆ ਜੀ ਕੋਈ ਰਾਸ਼ਨ ਲੈ ਕੇ ਨਹੀਂ ਆਈ ਇੱਥੇ ਕੋਈ ਸਬੂਤ ਕਰ ਦਿਓ